ਹਾਂਜੀ ਭੈਣ ਭਾਈ, ਸਤਿ ਸ਼੍ਰੀ ਅਕਾਲ ਜੀ। ਪੰਜਾਬ ਦੀ ਹਰ ਇੱਕ ਖਬਰ ਨੂੰ ਨਿਰਪੱਖ ਤਰੀਕੇ ਨਾਲ ਜਾਣਨ ਲਈ ਸੱਚਾ ਸੁਨੇਹਾ ਚੈਨਲ ਸਬਸਕ੍ਰਾਈਬ ਕਰੋ ਜੀ। ਸਾਰੀਆਂ ਖਬਰਾਂ ਸੱਚੀਆਂ ਹੁੰਦੀਆਂ ਇੱਥੇ। ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਨਵਾਂ ਸ਼ਹਿਰ ਤੋਂ, ਜਿੱਥੇ ਏਅਰ ਫੋਰਸ ਦਾ ਇੱਕ ਜਹਾਜ਼ ਕ੍ਰੈਸ਼ ਹੋਣ ਦੀ ਖਬਰ ਮਿਲੀ ਹੈ। ਮਿਲੀ ਜਾਣਕਾਰੀ ਮੁਤਾਬਕ ਨਵਾਂ ਸ਼ਹਿਰ ਦੇ ਪਿੰਡ ਚੂੜਪੁਰ ਵਿੱਚ ਏਅਰ ਫੋਰਸ ਦਾ ਜਹਾਜ਼ ਅੱਜ ਸਵੇਰੇ ਕਰੀਬ 11 ਵਜੇ ਫਾਈਟਰ ਮੈਗ 29 ਕ੍ਰੈਸ਼ ਹੋ ਗਿਆ। ਹਾਦਸਾ ਵਾਪਰਨ ਕਰਕੇ ਜਹਾਜ਼ ਨੂੰ ਅੱਗ ਲੱਗਣ ਕਾਰਨ ਖੇਤਾਂ ਨੂੰ ਵੀ ਅੱਗ ਲੱਗ ਗਈ, ਪਰ ਗਨੀਮਤ ਰਹੀ ਕਿ ਹਾਦਸੇ ਵਿੱਚ ਜਹਾਜ਼ ਦਾ ਪਾਇਲਟ ਵਾਲ ਬਚ ਨਿਕਲਿਆ ਅਤੇ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ। ਮੌਕੇ ਨੂੰ ਸੰਭਾਲਦੇ ਹੋਏ ਫਾਈਟਰ ਪਲੇਨ ਦੇ ਪਾਇਲਟ MK ਪਾਂਡੇ ਨੇ ਆਪਣਾ ਪੈਰਾਸ਼ੂਟ ਖੋਲ ਕੇ ਛਾਲ ਮਾਰ ਦਿੱਤੀ ਅਤੇ ਨੇੜੇ ਉਲੰਘਦੀ ਨਹਿਰ ਦੇ ਨੇੜੇ ਉਤਰ ਗਏ। ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਮੌਕੇ ਤੇ ਪਹੁੰਚੀ ਫਾਇਰ ਬ੍ਰਿਗੇਡ ਵੱਲੋਂ ਜਹਾਜ਼ ਅਤੇ ਖੇਤਾਂ ਨੂੰ ਲੱਗੀ ਅੱਗ ਨੂੰ ਬੁਝਾਇਆ ਗਿਆ। ਬਾਕੀ ਫੀਡਬੈਕ ਪਾਇਲਟ ਕਿੱਥੇ ਸਰ? ਇਸ ਟਾਈਮ ਪਾਇਲਟ ਥੇ ਨਾ ਆਪਣਾ ਉਹਨੂੰ ਗਲੂਕੋਸ ਲੱਗਾ ਹੋਇਆ। ਅੱਛਾ, ਤੇ ਉਹਨੂੰ ਅਸੀਂ ਫਿਰ ਦੇਖਣ ਜਾ ਰਹੇ ਹਾਂ ਕਿਸ ਹਸਪੀਟਲ 'ਚ ਜਾ ਰਹੇ ਹਾਂ। ਠੀਕ ਹੈ। ਨਵਾਂ ਸ਼ਹਿਰ ਤੋਂ ਜਤਿੰਦਰਪਾਲ ਸਿੰਘ ਕਲੇਅਰ ਦੀ ਰਿਪੋਰਟ, ਸੱਚ ਦਾ ਸੁਨੇਹਾ।